ਅੰਦਰ ਜੋ ਲਿਖਿਆ ਜਾਂਦਾ ਹੈ ਮਾਨਸਿਕ ਕਰਮ ਲਿਖਿਆ ਜਾਂਦਾ ਹੈ, ਕੋਰਾ ਸਰੀਰਕ ਕਰਮ ਨਹੀਂ। ਲੇਕਿਨ ਧਰਮ ਦੀ ਦੁਨੀਆ ਪਹਿਲੇ ਸਰੀਰ ਕਰਮ ਤੋਂ ਆਰੰਭ ਕਰਨੀ ਪੈਂਦੀ ਹੈ, ਮਜਬੂਰੀ ਤਨ ਤੋਂ ਹੀ ਆਰੰਭ ਕਰਨੀ ਪੈਂਦੀ। ਪਰ ਜੀਵਨ ਭਰ ਸਰੀਰਕ ਕਰਮ ਹੀ ਰਹਿ ਗਿਆ, ਤਨ ਦਾ ਹੀ ਕਰਮ, ਮਨ ਉਸ ਵਿੱਚ ਸ਼ਾਮਿਲ ਨਹੀਂ ਹੈ, ਜ਼ਿੰਦਗੀ ਅਜਾਈ ਚਲੀ ਗਈ। ਮੈਂ ਦੇਖਦਾ ਬਹੁਤ ਪਾਠ ਕਰੀ ਕਰਦੇ ਨੇ, ਬੜਾ ਕਰਦੇ ਨੇ, ਪਰ ਉਸ ਵਿੱਚ ਮਨ ਪੂਰਾ ਹੁੰਦਾ ਨਹੀਂ, ਉਹ ਲਿਖਿਆ ਨਹੀਂ ਜਾਂਦਾ। ਉਹਨਾਂ ਦੇ ਵਿਵਹਾਰ ਤੋਂ ਪਤਾ ਚੱਲਦਾ ਹੈ, ਵਿਵਹਾਰ ਵਿੱਚ ਬਾਣੀ ਨਹੀਂ ਝਲਕਦੀ ਪਈ। ਭਾਗਵਤ ਗੀਤਾ ਦਾ ਪਾਠ ਤਾਂ ਕਰਦੇ ਪਏ ਨੇ, ਵਿਵਹਾਰ ਵਿੱਚ ਭਗਵਾਨ ਦੀ ਗੀਤਾ ਪ੍ਰਗਟ ਨਹੀਂ ਹੋ ਰਹੀ। ਕੁਰਾਨ ਦੀ ਤਲਾਵਤ ਤਾਂ ਕਰਦੇ ਪਏ ਨੇ, ਪਰ ਵਿਵਹਾਰ ਦੇ ਉੱਤੇ ਸ਼ੈਤਾਨ ਪ੍ਰਗਟ ਹੋ ਰਿਹਾ, ਕੁਰਾਨ ਪ੍ਰਗਟ ਨਹੀਂ ਹੋ ਰਹੀ। ਗੁਰਬਾਣੀ ਦਾ ਪਾਠ ਤਾਂ ਕਰਦੇ ਪਏ ਨੇ, ਪਰ ਵਿਵਹਾਰ ਦੇ ਉੱਤੇ ਮਨਮੁਖਤਾ ਪ੍ਰਗਟ ਹੋ ਰਹੀ ਹੈ, ਗੁਰਮੁਖਤਾ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਗਹਿਰਾਈ ਨਾਲ ਲੈਣਾ। ਮਹਾਰਾਜ ਕਹਿੰਦੇ ਨੇ ਬੜਾ ਪੜ੍ਹਾ ਲਿਖਾ ਔਰ ਬਹੁਤ ਕੁਝ ਪੜ੍ਹ ਲਿਖ ਲੈਂਦਾ, ਪਰ ਗਰਜ਼ਬ ਦੀ ਗੱਲ ਇਹਨੂੰ ਆਪਣੇ ਸੰਸਕਾਰਾਂ ਨੂੰ ਪੜ੍ਹਨ ਦੀ ਜਾਚ ਆਈ ਨਹੀਂ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜ੍ਹੇ ਇਹ ਆਣਾ। ਇਹ ਸਿਰ ਦੇ ਲੇਖ ਸਾਡੇ ਕੌਣ ਲਿਖਦਾ? ਅਸੀਂ ਆਪ ਲਿਖਦੇ ਹਾਂ। ਅਸੀਂ ਲਿਖ ਸਕੀਏ, ਪ੍ਰਭੂ ਨੇ ਸਾਨੂੰ ਸੁਤੰਤਰਤਾ ਦਿੱਤੀ ਹੋਈ ਹੈ। ਕਿਉਂਕਿ ਸੁਤੰਤਰਤਾ ਉਸੇ ਨੇ ਦਿੱਤੀ ਹੈ, ਇਸ ਵਾਸਤੇ ਭਗਤ ਕਹਿ ਦਿੰਦੇ ਨੇ ਪ੍ਰਭੂ ਸਭ ਕੁਝ ਤੇਰੇ ਹੱਥ 'ਚ ਹੈ, ਸਾਡੀ ਸੁਤੰਤਰਤਾ ਵੀ ਤਾਂ ਤੇਰੀ ਦੇਣ ਹੈ ਨਾ, ਤੂੰ ਦਿੱਤੀ ਹੈ। ਇਹ ਲੇਖ ਅਸੀਂ ਆਪ ਲਿਖਦੇ ਹਾਂ। ਕਿਸ ਤਰ੍ਹਾਂ? ਕਰਨਾ ਲਿਖ ਲਏ ਜਾ, ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ, ਲਿਖਿਆ ਜਾਏਗਾ। ਕਿੱਥੇ ਲਿਖਿਆ ਜਾਂਦਾ? ਉਸ ਚਿੱਤਰ ਦੇ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ, ਨਹੀਂ ਦਿਖਾਈ ਦਿੰਦਾ, ਅੰਦਰ ਮਨ ਦੇ ਲਿਖਿਆ ਜਾਂਦਾ। ਤਨ 'ਤੇ ਲਿਖਿਆ ਹੋਵੇ, ਕੱਪੜਿਆਂ 'ਤੇ ਲਿਖਿਆ ਹੋਵੇ, ਬਥੇਰਿਆਂ ਨੇ ਉਹ ਚੋਲੇ ਪਾਏ ਹੁੰਦੇ ਨੇ ਜਿਨ੍ਹਾਂ 'ਤੇ ਰਾਮ ਰਾਮ ਲਿਖਿਆ ਹੁੰਦਾ। ਮੁਸਲਿਮ ਜਗਤ ਵਿੱਚ ਮੈਂ ਬਹੁਤ ਸਾਰੇ ਪੀਰਾਂ ਨੂੰ ਦੇਖਿਆ, ਉਹ ਚੋਲੇ ਪਾਏ ਹੁੰਦੇ ਨੇ, ਉੱਪਰ ਉਹ ਚਾਦਰ ਪੌੜੀ ਆਉਂਦੀ ਹੈ ਜਿਹਦੇ ਉੱਤੇ ਲਾ ਏ ਲਾ ਇਲੇ ਲਾ ਮੁਹੰਮਦ ਰਸੂਲ ਇਲਾ ਕਲਮਾ ਲਿਖਿਆ ਹੁੰਦਾ, ਅੱਲਾ ਲਿਖਿਆ ਹੁੰਦਾ, ਚਾਦਰ ਓੜੀ ਹੋਈ ਹੈ। ਰਾਮ ਰਾਮ ਲਿਖਿਆ, ਉਹਨੂੰ ਕਹਿੰਦੇ ਰਾਮ ਚਦਰੀਆ, ਸਾਧੂ ਪਹਿਨਦੇ ਨੇ ਰਾਮ ਚਦਰੀਆ, ਚੋਲਾ ਪਹਿਨਿਆ, ਰਾਮ ਰਾਮ ਲਿਖਿਆ ਹੋਇਆ, ਚਾਦਰ ਉੱਪਰ ਓੜੀ ਹੋਈ ਹੈ, ਰਾਮ ਰਾਮ ਲਿਖਿਆ ਹੋਇਆ। ਪਰ ਮਨ ਦੀ ਚਾਦਰ ਉੱਤੇ ਕੱਖ ਵੀ ਕੋਈ ਨਹੀਂ, ਕੁਛ ਵੀ ਨਹੀਂ। ਮਨ ਦੀ ਚਾਦਰ ਦਿੱਤੇ ਉਦੋਂ ਲਿਖਿਆ ਜਾਂਦਾ ਜਿਸ ਕਰਮ ਵਿੱਚ ਮਨ ਪੂਰਾ ਸ਼ਾਮਿਲ ਹੋਵੇ, ਵਰਨਾ ਨਹੀਂ। ਪੁੰਨੀ ਪਾਪੀ ਆਖਣ ਨਾ ਹੈ, ਇਹ ਪੁੰਨੀ ਹੈ, ਇਹ ਪਾਪੀ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਕਰਨਾ ਲਿਖ ਲਏ ਜਾ, ਤਨ ਕਰ ਰਿਹਾ ਨਾਲ ਮਨ ਵੀ ਕਰ ਰਿਹਾ,
ਪੂਰਾ ਤਨ ਸ਼ਾਮਿਲ ਹੈ, ਪੂਰਾ ਮਨ ਸ਼ਾਮਿਲ ਹੈ ਲਿਖਿਆ ਜਾਏਗਾ। ਤਨ ਤਾਂ ਕਰ ਰਿਹਾ, ਮਨ ਵਿੱਚ ਇਹ ਨਹੀਂ ਹੈ, ਨਹੀਂ ਲਿਖਿਆ ਜਾਏਗਾ। ਤਨ ਨਹੀਂ ਕਰ ਰਿਹਾ, ਮਨ ਕਰ ਰਿਹਾ ਲਿਖਿਆ ਜਾਏਗਾ। ਮਾਨਸਿਕ ਕਰਮ ਲਿਖੇ ਜਾਂਦੇ ਨੇ। ਲਿਖਿਆ ਗਿਆ ਜੋ ਉਹ ਮਨੁੱਖ ਦਾ ਆਚਾਰ ਵਿਵਹਾਰ ਬਣੇਗਾ, ਲਿਖਿਆ ਗਿਆ ਜੋ ਉਹ ਮਨੁੱਖ ਦਾ ਸੁਭਾਅ ਅਤੇ ਗਿਆਨ ਬਣੇਗਾ। ਅਗਰ ਸੁਭਾਅ ਵਿੱਚ ਗੁਰਬਾਣੀ ਨਹੀਂ ਹੈ, ਗੁਰਮੁਖਤਾ ਨਹੀਂ ਹੈ, ਤਾਂ ਸਮਝ ਲੈਣਾ ਚਾਹੀਦਾ ਗੁਰਬਾਣੀ ਦਾ ਪਾਠ ਤਾਂ ਕਰਦਾ ਪਿਆ ਜੇ ਅੰਦਰ ਲਿਖਿਆ ਨਹੀਂ ਗਿਆ, ਨਹੀਂ ਲਿਖਿਆ ਗਿਆ। ਬੇਸ਼ਤਰ ਕਰਮ ਇਹ ਕਰ ਰਿਹਾ, ਨਹੀਂ ਲਿਖੇ ਜਾ ਰਹੇ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ 'ਤੇ ਫਰਮਾਨ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਭਾਵੇਂ ਅੱਧਾ ਘੰਟਾ 15 ਮਿੰਟ ਕਰੋ, ਪਰ ਪੂਰੀ ਸਾਵਧਾਨੀ ਨਾਲ, ਪੂਰੀ ਇਕਾਗਰਤਾ ਨਾਲ। 2 ਘੰਟਾ ਕੀਤਾ ਹੈ, ਨਾ ਕੋਈ ਇਕਾਗਰਤਾ ਨਾ ਸਾਵਧਾਨੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਪੂਰੀ ਇਕਾਗਰਤਾ ਸਾਵਧਾਨੀ ਲਈ ਬੜੀ ਮਾਨਸਿਕ ਮਿਹਨਤ ਹੈ, ਮੁਸ਼ਕਤ ਹੈ, ਗਾਲਣਾ ਹੈ, ਐਵੇਂ ਨਹੀਂ ਇਹ ਕੰਮ ਹੁੰਦਾ। ਮਹਾਰਾਜ ਤਾਂ ਹੀ ਕਹਿੰਦੇ ਨੇ, ਜਿੰਨੇ ਨਾਮ ਧਿਆਇਆ ਗਏ ਮੁਸ਼ਕਤ ਘਾ। ਬੜੀ ਮੁਸ਼ਕਤ ਹੈ, ਮੇਰੀ ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰ ਰਹੀ ਹੈ, ਸਰੀਰਕ ਕਰਮ ਹੈ, ਪਰ ਇਸ ਵਿੱਚ ਮਨ ਪੂਰਾ ਸ਼ਾਮਿਲ ਹੈ, ਮਨ ਸੁਣ ਰਿਹਾ। ਬੜੀ ਮੁਸ਼ਕਤ ਹੈ, ਜ਼ਬਾਨ ਨੂੰ ਮਨੁੱਖ ਰਾਜ਼ੀ ਕਰ ਲੈਂਦਾ, ਮਨ ਰਾਜ਼ੀ ਨਹੀਂ ਆਉਂਦਾ, ਨਹੀਂ ਆਉਂਦਾ ਵਿੱਚ। ਹੱਥ ਸੇਵਾ ਕਰ ਰਹੇ ਹੁੰਦੇ ਨੇ, ਮਨ ਸ਼ਰਧਾਹੀਣ ਹੁੰਦਾ। ਜਿਸ ਕਰਮ ਦੇ ਵਿੱਚ ਪੂਰਾ ਮਨ ਨਹੀਂ ਹੈ, ਉਹ ਕਰਮ ਨਹੀਂ ਲਿਖਿਆ ਜਾਂਦਾ। ਇੱਕ ਦੂਜਾ ਨੁਕਤਾ ਵੀ ਬਿਆਨ ਕਰਦੇ ਹਾਂ ਤਾਂ ਕਿ ਗੱਲ ਪੂਰੀ ਹੋ ਜਾਏ। ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ, ਲਿਖਿਆ ਜਾਂਦਾ। ਹਰ ਬੁਰੇ ਕਰਮ ਦੇ ਵਿੱਚ ਸਾਵਧਾਨੀ ਪੂਰੀ ਆਉਂਦੀ ਹੈ। ਹਰ ਬੁਰੇ ਕਰਮ ਦੇ ਵਿੱਚ ਇਕਾਗਰਤਾ ਪੂਰੀ ਆਉਂਦੀ ਹੈ। ਕਿਉਂ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ, ਤਾਂ ਬੁਰਾ ਕਰਮ ਲਿਖਿਆ ਜਾਂਦਾ। ਸ਼ੁਭ ਕਰਮ, ਪ੍ਰਭੂ ਦਾ ਨਾਮ ਜਪਣਾ, ਇਹ ਅੰਦਰ ਲਿਖਿਆ ਨਹੀਂ ਜਾਂਦਾ। ਕਿਉਂ? ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ। ਅਤੇ ਤਰਕ ਖੜੀ ਹੋਵੇਗੀ, ਵਾਹਿਗੁਰੂ ਵਾਹਿਗੁਰੂ ਆਖਣ ਦੀ ਸਾਵਧਾਨੀ ਕਿਉਂ ਨਹੀਂ, ਇਕਾਗਰਤਾ ਕਿਉਂ ਨਹੀਂ? ਖਤਰਾ ਤਾਂ ਕੋਈ ਹੈ ਨਹੀਂ। ਉਲਟਾ ਲੋਕ ਉਪਮਾ ਕਰਦੇ ਨੇ, ਜਪ ਕਰਦਾ ਹੈ ਜੀ, ਅੰਮ੍ਰਿਤ ਵੇਲੇ ਉੱਠਦਾ ਜੀ, ਨਿਤਨੇਮ ਕਰਦਾ ਹੈ ਅਤੇ ਜੀ ਗੁਰਦੁਆਰੇ ਜਾਂਦਾ, ਇਹ ਤਾਂ ਬੜਾ ਸਤਸੰਗੀ ਹੈ, ਲੋਕ ਤਾਂ ਉਪਮਾ ਕਰਨ ਲੱਗ ਪੈਂਦੇ। ਖਤਰਾ ਤਾਂ ਕੋਈ ਹੈ ਨਹੀਂ, ਲੋਕ ਤਾਂ ਵਾਹ ਵਾਹ ਕਰਨ ਲੱਗ ਪੈਂਦੇ ਨੇ, ਲੋਕ ਤਾਂ ਬੜੀ ਪ੍ਰਤਿਸ਼ਠਾ ਦੇਣ ਲੱਗ ਪੈਂਦੇ ਨੇ। ਖਤਰਾ ਤਾਂ ਕੋਈ ਹੈ ਨਹੀਂ। ਉਮੀਦ ਹੈ ਗੱਲ ਪਕੜਦੇ ਚ ਆਈ ਹੋਵੇਗੀ। ਚਲੋ ਮੈਂ ਇੱਕ ਦਫ਼ਾ ਫਿਰ ਦੁਹਰਾਉਂਦਾ, ਹਰ ਬੁਰੇ ਕਰਮ ਦੇ ਵਿੱਚ ਮਨ ਪੂਰਾ ਹੁੰਦਾ। ਚੋਰੀ ਹੈ, ਯਾਰੀ ਹੈ, ਠੱਗੀ ਹੈ, ਕੋਈ ਵੀ ਅਨਰਥ ਹੈ,
ਉਹਦੇ 'ਚ ਮਨ ਪੂਰਾ ਹੁੰਦਾ। ਸਾਵਧਾਨੀ ਵੀ ਹੁੰਦੀ ਹੈ, ਇਕਾਗਰਤਾ ਵੀ ਹੁੰਦੀ ਹੈ। ਕਿਉਂ? ਖਤਰਾ ਹੈ, ਸਮਾਜ ਦਾ ਖਤਰਾ, ਕਾਨੂੰਨ ਦਾ ਖਤਰਾ। ਇਸ ਵਾਸਤੇ ਦਾਰਸ਼ਨਿਕ ਅੱਜ ਕਹਿ ਰਹੇ ਨੇ, ਰੋਜ਼ ਰੋਜ਼ ਸਾਰੀ ਮਾਨਵਤਾ, ਸਾਰਾ ਸੰਸਾਰ ਬੁਰਾ ਹੁੰਦਾ ਜਾ ਰਿਹਾ, ਬੁਰਾ ਹੁੰਦਾ ਜਾ ਰਿਹਾ। ਰੋਜ਼ ਰੋਜ਼ ਸਾਰੀ ਮਾਨਵਤਾ ਅਤੇ ਸਾਰਾ ਸੰਸਾਰ ਭਲਾਈਹੀਣ ਹੁੰਦਾ ਜਾ ਰਿਹਾ, ਨੇਕੀਆਂ ਤੋਂ ਹੀਣ ਹੁੰਦਾ ਜਾ ਰਿਹਾ। ਕਾਰਨ, ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ, ਹਰ ਬੁਰੇ ਕਰਮ ਵਿੱਚ ਇਕਾਗਰਤਾ ਪੂਰੀ ਆਉਂਦੀ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਪੂਰੀ ਆਉਂਦੀ ਹੈ, ਅੰਦਰ ਲਿਖੀ ਜਾਂਦੀ ਹੈ। ਇਕਾਗਰਤਾ ਪੂਰੀ ਕਿਉਂ ਆਉਂਦੀ ਹੈ? ਖਤਰਾ, ਸਮਾਜ ਦੇਖ ਸਕਦਾ ਮੈਨੂੰ ਚੋਰੀ ਕਰਦੇ ਹਾਂ, ਅਨਰਥ ਕਰਦੇ ਹਾਂ। ਕਾਨੂੰਨ ਦੇਖ ਸਕਦਾ ਹੈ ਮਨੁੱਖ, ਸਮਾਜ ਦੀਆਂ ਨਜ਼ਰਾਂ 'ਚੋਂ ਗਿਰ ਸਕਦਾ ਹੈ, ਕਾਨੂੰਨ ਦੀ ਪਕੜ ਦੇ 'ਚ ਆ ਸਕਦਾ। ਸਮਾਜ ਇਸ ਨੂੰ ਨਜ਼ਰਾਂ ਤੋਂ ਗਿਰਾ ਦੇਗਾ, ਕਾਨੂੰਨ ਇਸ ਨੂੰ ਹੱਥਕੜੀਆਂ ਪਾ ਦੇਗਾ, ਜੇਲ੍ਹ ਦੇ ਸੁੱਟ ਦੇਗਾ। ਤਾਂ ਖਤਰਾ, ਖਤਰਾ ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ। ਨੇਕ ਕੰਮਾਂ ਵਿੱਚ ਸਭ ਤੋਂ ਵੱਡਾ ਨੇਕ ਕੰਮ ਹੈ ਪ੍ਰਭੂ ਦਾ ਨਾਮ ਜਪਣਾ। ਅਤੇ ਦੁਨੀਆ ਭਰ ਦੇ ਅਵਤਾਰੀ ਪੁਰਸ਼ ਕਹਿੰਦੇ, ਨਾਮ ਜਪੋ ਪੂਰੀ ਇਕਾਗਰਤਾ ਨਾਲ, ਪੂਰੇ ਮਨ ਨਾਲ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੇਤ। ਭਗਤ ਰਵਿਦਾਸ ਜੀ ਕਹਿੰਦੇ ਨੇ, ਸਤ ਸੰਗਤ ਮਿਲ ਰਹੀਏ ਮਾਧੋ, ਜੈਸੇ ਮਦਪ ਮਖੀਰਾ, ਜੈਸੇ ਸ਼ਹਿਦ ਦੀ ਮੱਖੀ ਫੁੱਲ 'ਤੇ ਬੈਠੀ ਹੈ, ਰਸ ਕੱਢ ਰਹੀ ਹੈ। ਕਿਤਨੀਆਂ ਮੱਖੀਆਂ ਆਈਆਂ, ਕਿਤਨੀਆਂ ਚਲੀਆਂ ਗਈਆਂ, ਇਹਨੂੰ ਕੁਛ ਨਹੀਂ ਪਤਾ, ਰਸ ਮਗਨ ਹੈ। ਗੁਰਦੁਆਰੇ 'ਚ ਅਕਸਰ ਮੈਂ ਦੇਖਦਾ, ਜਾਂ ਤਾਂ ਆਉਣ ਜਾਣ ਵਾਲਿਆਂ 'ਚ ਨਿਗਾਹ ਹੈ, ਜਾਂ ਇੱਕ ਚੌਥਾਈ ਬੰਦੇ ਸੌ ਜਾਂਦੇ ਨੇ, ਬਾਕੀਆਂ ਦੇ ਮਨ ਉਖੜੇ ਆਉਂਦੇ ਨੇ, ਐਸਾ ਦੇਖਿਆ ਮੈਂ। ਕਾਰਨ, ਸਾਵਧਾਨੀ ਇਕਾਗਰਤਾ ਕਿਉਂ ਨਹੀਂ? ਖਤਰਾ ਤਾਂ ਹੈ ਹੀ ਨਹੀਂ ਕੋਈ। ਉਲਟਾ ਲੋਕ ਉਪਮਾ ਕਰਦੇ ਨੇ, ਬੜਾ ਸਤਸੰਗੀ ਹੈ, ਬੜਾ ਨਾਮ ਰਸਕ ਹੈ, ਬੜਾ ਪ੍ਰੇਮੀ ਹੈ, ਭਾਵੇਂ ਕੱਖ ਵੀ ਨਾ ਹੋਵੇ। ਉਹੀ ਕਰਮ ਅੰਦਰ ਲਿਖਿਆ ਜਾਂਦਾ ਹੈ ਜਿਸ ਕਰਮ ਦੇ 'ਚ ਮਨ ਹੈ। ਪੁੰਨੀ ਪਾਪੀ ਆਖਣ ਨਾ ਹੈ, ਇਹ ਸਾਡੇ ਆਖਣ ਦੀ ਗੱਲ ਨਹੀਂ। ਉਹ ਤਾਂ ਬੜਾ ਪੁੰਨੀ ਹੈ ਜੀ, ਦਾਨ ਕਰਦਾ, ਪੁੰਨ ਕਰਦਾ, ਨਾਮ ਜਪਦਾ, ਅੰਮ੍ਰਿਤ ਵੇਲੇ ਉੱਠਦਾ, ਗੁਰਦੁਆਰੇ ਜਾਂਦਾ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਉਹ ਬੜਾ ਦੁਸ਼ਟ ਹੈ, ਠੱਗ ਹੈ, ਇਹ ਕਹਿਣ ਮਾਤਰ ਗੱਲ ਨਹੀਂ ਹੈ। ਜਿਸ ਕਰਮ ਨੂੰ ਮਨੁੱਖ ਪੂਰੇ ਮਨ ਨਾਲ ਕਰਦਾ ਹੈ, ਸਾਵਧਾਨੀ ਨਾਲ ਕਰਦਾ ਹੈ, ਇਕਾਗਰਤਾ ਨਾਲ ਕਰਦਾ ਹੈ, ਲਿਖਿਆ ਜਾਂਦਾ ਹੈ, ਲਿਖਿਆ ਜਾਂਦਾ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰਨਾ ਲਿਖ ਲੈ ਜਾਓ।
ਅੰਦਰ ਲਿਖਿਆ ਜਾਂਦਾ, ਉਹ ਸੁਭਾਅ ਬਣ ਜਾਂਦਾ, ਉਹ ਗਿਆਨ ਬਣ ਜਾਂਦਾ, ਉਹ ਵਿਵਹਾਰ ਬਣ ਜਾਂਦਾ। ਹਰ ਬੁਰੇ ਕਰਮ ਦੇ ਸਾਵਧਾਨੀ ਇਕਾਗਰਤਾ ਹੁੰਦੀ ਹੈ ਤਾਂ ਬੁਰਾ ਕਰਮ ਸੁਭਾਅ ਬਣ ਜਾਂਦਾ, ਬੁਰਾ ਕਰਮ ਗਿਆਨ ਬਣ ਜਾਂਦਾ, ਬੜਾ ਉਸਦੇ 'ਚ ਗਿਆਨ ਮਿਲ ਜਾਂਦਾ ਕਿਵੇਂ ਕਰਨਾ ਔਰ ਕਿਵੇਂ ਬਚਣਾ। ਇੱਕ ਠੱਗ ਕੋਲ ਜੋ ਠੱਗੀ ਦਾ ਗਿਆਨ ਹੁੰਦਾ ਆਮ ਬੰਦਿਆਂ ਕੋਲ ਨਹੀਂ ਆਉਂਦਾ, ਇੱਕ ਚੋਰ ਕੋਲ ਜੋ ਚੋਰੀ ਦਾ ਗਿਆਨ ਆਉਂਦਾ ਹਰੇਕ ਕੋਲ ਨਹੀਂ ਆਉਂਦਾ। ਰੇਲ ਦੀ ਟਿਕਟ ਮੇਰੇ ਜੇਬ ਵਿੱਚ ਸੀ, ਬਹੁਤ ਪੁਰਾਣੀ ਗੱਲ, ਅਤੇ ਮੈਂ ਹੱਥ ਵੀ ਇੱਥੇ ਰੱਖਿਆ ਹੋਇਆ, ਡੱਬੇ 'ਤੇ ਚੜ੍ਹਨ ਲੱਗਿਆ, ਅੰਦਰ ਬੈਠਿਆ, ਟੀਟੀ ਆਇਆ, ਟਿਕਟ ਮੰਗੇ, ਜੇਬ ਵਿੱਚ ਹੈ ਕੋਈ ਨਹੀਂ। ਮੈਂ ਕਿਹਾ ਬੜੇ ਕਮਾਲ ਨਾਲ ਕੱਢ ਲਈ ਅਗਲੇ ਨੇ, ਪਤਾ ਹੀ ਨਹੀਂ ਲੱਗਣ ਦਿੱਤਾ, ਹਾਲਾਂਕਿ ਮੈਂ ਹੱਥ ਵੀ ਰੱਖਿਆ ਸੀ, ਭੀੜ ਬੜੀ ਸੀ। ਇਹ ਗਿਆਨ ਜਿਹੜਾ ਉਹਦੇ ਕੋਲ ਹੈ ਹਰੇਕ ਕੋਲ ਨਹੀਂ ਆਉਂਦਾ, ਇਹ ਵੀ ਮੈਂ ਅਰਜ਼ ਕਰਦਾ। ਉਹ ਜਿਹੜੀਆਂ ਯੁਕਤੀਆਂ ਉਕਤੀਆਂ ਦਾ ਮਾਲਕ ਹੈ ਇਹ ਹੋਰ ਕਿਸੇ ਕੋਲ ਨਹੀਂ ਆਉਂਦਾ। ਜਿਸ ਕਰਮ ਨੂੰ ਪੂਰੀ ਇਕਾਗਰਤਾ ਦੇ ਨਾਲ ਰੋਜ਼ ਰੋਜ਼ ਕੀਤਾ ਜਾਏ ਉਹ ਕਰਮ ਗਿਆਨ ਬਣ ਜਾਂਦਾ, ਉਹ ਕਰਮ ਸੁਭਾਅ ਬਣ ਜਾਂਦਾ, ਉਸ ਕਰਮ ਦੇ ਅੰਦਰ ਪ੍ਰਬਲ ਸੰਸਕਾਰ ਬਣ ਜਾਂਦੇ ਨੇ। ਕਰਮ ਤਾਂ ਕੀਤਾ ਜਾ ਰਿਹਾ, ਮਨ ਵਿੱਚ ਇਹ ਪੂਰਾ ਨਹੀਂ, ਨਾ ਸੁਭਾਅ ਬਣੇਗਾ, ਨਾ ਗਿਆਨ ਬਣੇਗਾ, ਨਾ ਵਿਵਹਾਰ ਬਣੇਗਾ, ਨਹੀਂ ਬਣੇਗਾ। ਇਹ ਸਤਸੰਗੀਆਂ ਨੂੰ ਖਾਸ ਖਿਆਲ ਰੱਖਣਾ ਚਾਹੀਦਾ। ਵਿਦਵਾਨ ਕਹਿ ਰਹੇ ਨੇ ਸਾਰਾ ਸੰਸਾਰ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ, ਬੁਰਾਈ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ। ਐਸੀਆਂ ਐਸੀਆਂ ਬੁਰਾਈਆਂ ਪੜ੍ਹਨ ਦੇ 'ਚ ਆਉਂਦੀਆਂ ਸਾਰੀ ਦੁਨੀਆ 'ਚ, ਐਸੀਆਂ ਐਸੀਆਂ ਬੁਰਾਈਆਂ ਦੇਖਣ ਨੂੰ ਆਉਂਦੀਆਂ ਨੇ ਕਿ ਕਈ ਦਫ਼ਾ ਆਮ ਸਾਧਾਰਨ ਮਨੁੱਖਾਂ ਦੇ 'ਤੇ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਐਸਾ ਹੋ ਸਕਦਾ ਹੈ, ਮਨੁੱਖ ਐਸਾ ਕਰ ਸਕਦਾ ਹੈ, ਪਰ ਇਹ ਬਹੁਤਾਤ ਦੇ 'ਚ ਸਾਰੀ ਦੁਨੀਆ 'ਚ ਵੱਧਦਾ ਜਾ ਰਿਹਾ ਹੈ, ਵੱਧਦਾ ਜਾ ਰਿਹਾ। ਕਾਰਨ, ਹਰ ਸ਼ੁਭ ਕਰਮ ਦੇ 'ਚ ਮਨ ਨਹੀਂ ਆਉਂਦਾ, ਪੂਰਾ ਮਨ ਨਹੀਂ ਆਉਂਦਾ, ਇਕਾਗਰਤਾ ਨਹੀਂ ਆਉਂਦੀ, ਸਾਵਧਾਨੀ ਨਹੀਂ ਆਉਂਦੀ, ਉਹ ਲਿਖਿਆ ਨਹੀਂ ਜਾਂਦਾ, ਸੁਭਾਅ ਵੀ ਨਹੀਂ ਬਣਦਾ, ਗਿਆਨ ਵੀ ਨਹੀਂ ਬਣਦਾ, ਵਿਵਹਾਰ ਵੀ ਨਹੀਂ ਬਣਦਾ। ਹਰ ਬੁਰੇ ਕਰਮ ਦੇ 'ਚ ਇਕਾਗਰਤਾ ਪੂਰੀ ਆਉਂਦੀ ਹੈ, ਸਾਵਧਾਨੀ ਪੂਰੀ ਆਉਂਦੀ ਹੈ, ਸੰਸਕਾਰ ਵੀ ਬਣਦੇ ਨੇ, ਸੁਭਾਅ ਵੀ ਬਣਦਾ ਹੈ, ਗਿਆਨ ਵੀ ਬਣਦਾ, ਵਿਵਹਾਰ ਵੀ ਬਣਦਾ। ਤੋ ਸਹਿਜੇ ਸਹਿਜੇ ਸਾਰੀ ਦੁਨੀਆ ਬੁਰੀ ਹੁੰਦੀ ਜਾ ਰਹੀ ਹੈ। ਬੁਰੇ ਕਰਮ ਦੇ 'ਚ ਇਕਾਗਰਤਾ ਕਿਉਂ ਆਉਂਦੀ ਹੈ, ਸਾਵਧਾਨੀ ਕਿਉਂ ਆਉਂਦੀ ਹੈ? ਖਤਰਾ ਹੈ, ਸਮਾਜ ਦਾ ਖਤਰਾ ਹੈ, ਕਾਨੂੰਨ ਦਾ ਖਤਰਾ ਹੈ। ਮੈਂ ਵਾਹਿਗੁਰੂ ਵਾਹਿਗੁਰੂ ਜਪਾਂ, ਸਮਾਜ ਦਾ ਖਤਰਾ ਕੀ ਹੈ? ਉਲਟਾ ਸਮਾਜ 'ਤੇ ਉਪਮਾ ਕਰਦਾ ਹੈ, ਅਤੇ ਜਪ ਕਰਦਾ ਹੈ, ਅਤੇ ਅੰਮ੍ਰਿਤ ਵੇਲੇ ਉੱਠਦਾ ਹੈ, ਇਹ ਤਾਂ ਸਤਸੰਗੀ ਹੈ, ਇਹ ਤਾਂ ਰੋਜ਼ ਗੁਰਦੁਆਰੇ ਜਾਂਦਾ, ਇਹ ਤਾਂ ਦਾਨੀ ਹੈ, ਗਿਆਨੀ ਹੈ, ਸਮਾਜ 'ਤੇ ਉਪਮਾ ਕਰਦਾ। ਸਮਾਜ ਦਾ ਤਾਂ ਖਤਰਾ ਹੈ ਨਹੀਂ, ਕਾਨੂੰਨ ਦਾ ਵੀ ਖਤਰਾ ਨਹੀਂ। ਤੋ ਸ਼ੁਭ ਕਰਮ ਕਰਦਿਆਂ ਹੋਇਆਂ, ਪ੍ਰਭੂ ਦਾ ਨਾਮ ਜਪਦਿਆਂ ਹੋਇਆਂ, ਨਾ ਸਾਵਧਾਨੀ ਨਾ ਇਕਾਗਰਤਾ, ਉੱਚੀ ਉੱਚੀ ਬੁਲੰਦ ਬਾਂਗ ਨਾਲ ਸੰਤ ਅਵਤਾਰ ਪੈਗੰਬਰ ਕਹਿ ਰਹੇ ਨੇ
ਇਕਾਗਰਤਾ ਦੇ ਨਾਲ ਪ੍ਰਭੂ ਦਾ ਨਾਮ ਜਪੋ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਚੀਤ।